ਦੇਖੋ, ਮਾਨਯੋਗ ਚੀਫ ਸੈਕਟਰੀ ਸਰ ਦੇ ਆਰਡਰਸ ਦੇ ਨਾਲ, ਪਲੱਸ ਡੀਸੀ ਮੈਮ ਦੇ ਆਰਡਰਸ ਦੇ ਨਾਲ, ਪਲੱਸ ਜੋ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਆ ਉਹਨਾਂ ਦੇ ਹੁਕਮਾਂ ਦੇ ਨਾਲ, ਜਿਹੜੀ ਆ ਚੈਕਿੰਗ ਜਿਹੜੀ ਆ ਇਹ ਬਹੁਤ ਲਾਰਜ ਸਕੇਲ ਦੇ ਉੱਤੇ, ਪਲੱਸ ਪੂਰੇ ਡਿਸਟ੍ਰਿਕਟਸ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਆ। ਉਹਦੇ 'ਚ ਅੱਜ ਅਸੀਂ ਸੇਂਟ ਪਾਲਸ ਕਾਨਵੈਂਟ ਸਕੂਲ ਦੇ ਵਿੱਚ ਚੈਕਿੰਗ ਦੇ ਵਾਸਤੇ ਆਏ ਸੀਗੇ, ਅਤੇ ਉਹਦੇ ਵਿੱਚ ਇਹਨਾਂ ਕੋਲ ਜਿੰਨੀਆਂ ਬੱਸਿਸ ਨੇ, ਇਹਨਾਂ ਦੇ ਰਿਕਾਰਡ ਦੇ ਮੁਤਾਬਕ ਜਿੰਨੀਆਂ ਇੱਥੇ ਬੱਸਿਸ ਖੜੀਆਂ ਨੇ, ਉਸ ਬੱਸਿਸ ਦੇ ਵਿੱਚੋਂ ਅਸੀਂ ਮੋਸਟਲੀ ਬੱਸਿਸ ਦੇ ਚਲਾਨ ਕੱਟੇ ਆ। ਨੰਬਰ ਚਲਾਨ ਮੈਂ ਤੁਹਾਨੂੰ ਬਰੀਫ ਕਰ ਰਿਹਾ, ਅਤੇ ਉਹਦੇ ਮੋਸਟਲੀ ਬੱਸਿਸ ਦੇ ਜਿਹਨਾਂ ਡਾਕੂਮੈਂਟਸ ਪੂਰੇ ਨਹੀਂ ਸੀਗੇ, ਉਹਦੇ ਵਿੱਚ ਸਪੀਡ ਗਵਰਨਰ ਆ ਜੀ, ਬਹੁਤ ਸਾਰੇ ਜਿਹੜੇ ਟੈਕਸਿਸ ਆ, ਇੰਸ਼ੋਰੈਂਸ ਆ, ਪੋਲਿਊਸ਼ਨ ਆ, ਜਾਂ ਪਰਮਿਟ ਆ, ਜਾਂ ਮੋਰ ਦੈਨ ਕਪੈਸਿਟੀ ਆ, ਉਹ ਸਾਰੇ ਜਿਹੜੇ ਉਹਨਾਂ ਨੂੰ ਚੈੱਕ ਕੀਤਾ ਗਿਆ। ਪਲੱਸ ਜਦੋਂ ਫਾਇਰ ਐਕਸਟਿੰਗਸ਼ਰ ਆ, ਫਸਟ ਏਡ ਕਿੱਟਸ ਨੇ, ਸੀਸੀਟੀਵੀ ਕੈਮਰੇਜ਼ ਨੇ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਗਿਆ। ਔਰ ਚੈੱਕ ਕਰਨ ਤੋਂ ਜਿਨ੍ਹਾਂ ਦੇ ਵਿੱਚ ਕੋਈ ਕਮੀ ਪਾਈ ਗਈ, ਖਾਮੀ ਪਾਈ ਗਈ, ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਇਹਨੂੰ ਠੀਕ ਕੀਤਾ ਜਾਵੇ, ਜਿਨ੍ਹਾਂ ਦੇ ਵਿੱਚ ਬਿਲਕੁਲ ਹੀ ਨਹੀਂ ਸੀਗਾ ਉਹਨਾਂ ਦੇ ਚਲਾਨ ਕੱਟੇ ਗਏ। ਸਰ, ਅੱਜ ਕਿੰਨੀਆਂ ਬੱਸਾਂ ਦੇ ਚਲਾਨ ਕੱਟੇ ਗਏ? ਮੋਸਟਲੀ 12 ਤੋਂ ਲੈ ਕੇ ਸ਼ਾਇਦ 15 ਬੱਸਿਸ ਨੇ, ਮੈਂ ਫਿਗਰ ਤੁਹਾਨੂੰ ਐਗਜੈਕਟਲੀ ਦੇ ਦਿੰਦਾ ਜੀ, ਅਤੇ 12 ਤੋਂ 15 ਬੱਸਿਸ ਦੇ ਚਲਾਨ ਨੇ ਹਾਲੇ ਇਹ ਫਿਲਹਾਲ। ਅਸੀਂ ਹੋਰ ਵੀ ਅਪ ਟੂ ਦਾ ਸਕੂਲ ਟਾਈਮਿੰਗ ਅਸੀਂ ਚੈਕਿੰਗ ਕਰਾਂਗੇ 2 ਵਜੇ ਤੱਕ, ਅਤੇ ਇਹ ਚੈਕਿੰਗ ਡੇਲੀ ਚੱਲ ਰਹੀ ਆ। ਔਰ ਡਿਫਰੈਂਟ ਡਿਫਰੈਂਟ ਏਰੀਏ ਦੇ ਮੁਤਾਬਕ ਅਸੀਂ ਜੋ ਵੀ ਰੂਟ ਪਲੈਨ ਕੀਤੇ ਹੋਏ ਨੇ ਆਫਿਸ ਲੈਵਲ 'ਤੇ, ਉੱਥੇ ਚੈਕਿੰਗ ਕਰ ਰਹੇ ਹਾਂ। ਔਰ ਡੇ ਟੂ ਡੇ ਬੇਸਿਸ 'ਤੇ ਇਹਦੀ ਰਿਪੋਰਟ STC ਸਾਹਿਬ ਨੂੰ, ਮਾਨਯੋਗ ਸੈਕਟਰੀ ਸਾਹਿਬ ਨੂੰ ਟਰਾਂਸਪੋਰਟ ਦੇ, ਉਹਨਾਂ ਨੂੰ ਸਾਰੇ ਆਫਿਸ ਦੇ ਲੈਵਲ 'ਤੇ ਵੀ ਡੇ ਟੂ ਡੇ ਬੇਸਿਸ 'ਤੇ ਜਾ ਰਹੀ ਆ। ਔਰ ਇਹਦਾ ਮੋਨੀਟਰਿੰਗ ਜਿਹੜੀ ਆ ਉਹ ਬਹੁਤ ਲਾਰਜ ਸਕੇਲ 'ਤੇ ਸਟੇਟ ਲੈਵਲ 'ਤੇ ਕੀਤੀ ਜਾ ਰਹੀ ਹੈ।